ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਅਤੇ ਹੋਰ ਆਗੂ ਹਰਿਆਣੇ ਦੇ ਵੀ ਪ੍ਰਦਿਉਮਨ ਸ਼ਾਮਲ ਸੀਗੇ। ਸਿਰਸਾ ਜੀ, ਕੀ ਫੈਸਲਾ ਹੋਇਆ ਕੱਲ 60 ਜਗ੍ਹਾ ਪੰਜਾਬ ਚ ਰੇਲ ਰੋਕੀ ਜਾ ਰਹੀ ਹੈ, ਉਹ ਕਿਉਂ ਔਰ ਕੀ ਫੈਸਲੇ ਕੀਤੇ ਗਏ ਨੇ ਔਰ ਕਿਉਂ ਕੀਤੇ ਗਏ? ਕੱਲੇ ਪੰਜਾਬ ਚ ਨਹੀਂ, ਪੂਰੇ ਭਾਰਤ ਵਿਚ ਤਾਮਿਲਨਾਡੂ, ਬਿਹਾਰ, ਕੇਰਲਾ, ਆਂਧਰਾ, ਰਾਜਸਥਾਨ, ਯੂਪੀ, ਮਤਲਬ ਪੂਰੇ ਦੇਸ਼ ਦੇ ਵਿਚ ਜਿਹੜੇ ਨੇ ਉਹ ਵੱਖ ਵੱਖ ਥਾਵਾਂ ਤੇ ਜਿਹੜੀਆਂ ਨੇ ਰੇਲਾਂ ਉਹ ਰੋਕੀਆਂ ਜਾਣਗੀਆਂ ਔਰ ਇਹ ਪੂਰੇ ਭਾਰਤ ਦੇ ਵਿਚ। ਕਾਰਨ ਕੀ ਹੈ, ਕਿਸ ਮਸਲੇ ਦੇ, ਕਿਸ ਵਿਰੋਧ ਚ? ਦੇਖੋ, ਆਪ ਨੂੰ ਪਤਾ ਹੈ ਕਿ ਅਸੀਂ 13 ਫਰਵਰੀ ਤੋਂ ਲੈ ਕੇ ਜਦੋਂ ਪੰਜਾਬ ਤੋਂ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਤੇ ਸਾਨੂੰ ਹਰਿਆਣਾ ਬਾਰਡਰਾਂ ਦੇ ਉੱਤੇ ਰੋਕਿਆ ਗਿਆ। ਸੇਮ ਇਸ਼ੂ ਤੇ, ਸੇਮ ਪ੍ਰੋਟੈਸਟ, ਬਿਲਕੁਲ ਉਹੀ ਜਿਹੜਾ ਇਸ਼ੂ ਹੈ ਉਹ ਸਰਕਾਰ ਦੇ ਕੰਨ ਖੋਲਣ ਵਾਸਤੇ, ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਤੇ ਜਿਹੜਾ ਇਹ ਪ੍ਰੋਟੈਸਟ। MSP ਜਿਹੜੇ ਗਰੰਟੀ ਦੇਈ ਹੈ 5 ਫਸਲਾਂ ਤੇ, ਉਸ ਦਾ ਵੀ ਵਿਰੋਧ ਕੀਤਾ, ਉਸ ਨੂੰ ਵੀ ਨਿਗਲੈਕਟ ਕੀਤਾ? ਬਿਲਕੁਲ ਜੀ, ਉਹ ਜਿਹੜੀਆਂ 5 ਫਸਲਾਂ ਤੇ 5 ਸਾਲਾਂ ਵਾਸਤੇ ਜਿਹੜੀ ਗਰੰਟੀ ਹੈ, ਇਹ ਕਾਹਦੀ ਗਰੰਟੀ ਹੈ? ਇਹ ਗੱਲ ਤਾਂ ਸਰਕਾਰ ਨੇ ਮੰਨਣੀ ਨਾ ਵੀ ਇਹ ਜਿਹੜੀ ਆ MSP ਜਿਹੜੀ ਆ ਇਹਦੀ ਗਰੰਟੀ ਚਾਹੀਦੀ ਆ, ਤੇ 5 ਸਾਲਾਂ ਵਾਸਤੇ ਕਿਉਂ ਤੇ 5 ਫਸਲਾਂ ਤੇ ਕਿਉਂ? ਬਾਕੀ ਫਸਲਾਂ ਦੀ ਜਿਹੜੀ ਆ ਉਹ ਗਰੰਟੀ ਕੌਣ ਕਰੇਗਾ ਤੇ ਉਹ ਤੇ MSP ਕੌਣ ਦੇਵੇਗਾ? ਇੱਕ ਜਥੇਬੰਦੀਆਂ ਕਿਹੜੀ ਕਿਹੜੀ ਸ਼ਾਮਲ ਹੋਣੀ ਹੈ ਕੱਲ ਉਗਰਾਹਾਂ, ਉਹਨਾਂ ਨੇ ਸਮਰਥਨ ਦਿੱਤਾ ਹੈ? ਦੇਖੋ, ਜਿਨ੍ਹਾਂ ਜਿਨ੍ਹਾਂ ਨੇ ਸਮਰਥਨ ਦਿੱਤਾ ਉਹ ਕੱਲ ਨੂੰ ਸਾਰੇ ਸਾਹਮਣੇ ਆ ਜਾਣਗੇ, ਜਿਨ੍ਹਾਂ ਵੀ ਸਮਰਥਨ ਦਿੱਤਾ ਉਹਨਾਂ ਦਾ ਧੰਨਵਾਦ। SKM ਦੀ ਚਿੱਠੀ ਦਾ ਜਵਾਬ ਦਿਆ ਤੁਹਾਡੀ ਪ੍ਰੈਸ ਕਾਨਫਰੰਸ ਤੁਸੀਂ? ਬਿਲਕੁਲ, ਉਹ ਜਿਹੜੀ ਚਿੱਠੀ ਸੀ ਉਸ ਚਿੱਠੀ ਦੇ ਵਿੱਚ ਕੁਝ ਐਸੇ ਇਤਰਾਜ਼ ਸਾਡੇ ਤੇ ਲਾਏ ਗਏ ਸਨ ਤੇ ਉਹਨਾਂ ਇਤਰਾਜ਼ਾਂ ਦਾ, ਜਿਸ ਤਰ੍ਹਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਇੱਕ ਇਤਰਾਜ਼ ਲਾਇਆ ਗਿਆ ਕਿ ਇਹਨਾਂ ਨੇ SKM ਨੂੰ ਜਿਹੜਾ ਉਹ ਤੋੜਿਆ, ਅਸੀਂ ਉਹਦੇ ਵਿੱਚ ਇਹ ਦੱਸਣਾ ਚਾਹੁੰਦੇ ਹਾਂ ਕਿ SKM ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਨਹੀਂ ਤੋੜਿਆ। SKM ਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ 9 ਦਸੰਬਰ ਨੂੰ ਉੱਥੋਂ ਵਾਪਸ ਆਉਣੇ ਆ ਤੇ ਪੰਜਾਬ 'ਚ ਮੀਟਿੰਗਾਂ ਹੁੰਦੀਆਂ ਨੇ ਤੇ ਇੱਥੇ ਜਿਹੜੀਆਂ ਉਹ ਮੀਟਿੰਗਾਂ ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਗੈਰ ਰਾਜਨੀਤਿਕ ਮੋਰਚੇ ਨੂੰ ਜਿਹੜਾ ਅਸੀਂ ਚੱਲ ਰਿਹਾ ਸੀ ਉਸ ਸਾਡਾ ਇੱਕ ਫੈਸਲਾ ਸੀ ਕਿ ਜਿੰਨਾ ਚਿਰ ਸਾਡਾ ਮੋਰਚਾ ਚੱਲਦਾ ਉਹਨਾਂ ਚਿਰ ਅਸੀਂ ਨਾ ਤਾਂ ਕਿਸੇ ਰਾਜਨੀਤਿਕ ਨੂੰ ਆਪਣੀ ਸਟੇਜ ਤੇ ਬੋਲਣ ਦੇਵਾਂਗੇ। ਤੁਸੀਂ ਜਵਾਬ ਦੇ ਬਿਲਕੁਲ ਤੇ ਅਸੀਂ ਉਹ 'ਚ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਅਸੀਂ ਨਹੀਂ ਤੋੜਿਆ, ਇਹਨਾਂ ਨੇ ਪਹਿਲਾਂ ਸੰਯੁਕਤ ਜਿਹੜਾ ਸੀ ਚੋਣਾਂ ਲੜ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ ਸਰਦਾਰ ਬਲਵੀਰ ਸਿੰਘ ਰਾਜੇਵਾਲ ਪਾਰਟੀ ਨੇ, ਦੂਸਰਾ ਸਰਦਾਰ ਗੁਰਨਾਮ ਸਿੰਘ ਨੇ ਸੰਯੁਕਤ ਸਮਾਜ ਪਾਰਟੀ ਬਣਾਈ ਹਰਿਆਣੇ ਚ। ਪੰਜਾਬ ਤੋਂ ਤੁਸੀਂ ਮੰਗ ਕੀਤੀ ਕਿ ਜਿਹੜੇ 200 ਜ਼ਖਮੀ ਹੋਏ ਨੇ ਉਹਨਾਂ ਦੀ MLR ਨਹੀਂ ਕੱਟੀ ਗਈ, ਸੰਗਿਆਨ ਲਵੇ, ਕਾਫੀ ਚੀਜ਼ਾਂ ਦੀ 200 ਨਹੀਂ ਜੀ, ਆ ਮੇਰੇ ਕੋਲ ਕਰੀਬ 250 ਬੰਦਿਆਂ ਦੀ ਲਿਸਟ ਤਾਂ ਜਿਹੜੀ ਆ ਇਹ ਮੇਰੇ ਕੋਲੇ ਹੀ ਆ, ਆ ਜਿੰਨੀਆਂ ਸਾਰੀਆਂ ਆ ਲਿਸਟਾਂ ਨੇ ਜਿਹੜੇ ਬੰਦੇ ਜ਼ਖਮੀ ਹੋਏ ਨੇ ਤੇ ਉਹ ਹਸਪਤਾਲ ਨੇ ਤੇ ਉਹਨਾਂ ਦੀਆਂ ਜਿਹੜੀਆਂ ਨੇ MLR ਨਹੀਂ ਕੱਟੀਆਂ ਗਈਆਂ, ਉਹ MLR ਕੱਟੀਆਂ ਜਾਣੀ ਚਾਹੀਦੀਆਂ ਨੇ ਅਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਪੰਜਾਬ ਸਰਕਾਰ ਦੀ ਕਿ ਇਹ ਉਹਨਾਂ ਦੇ ਉੱਤੇ ਹਰਿਆਣਾ ਸਰਕਾਰ ਜਿਹੜਾ ਇਹ ਸਾਡੇ ਤੇ ਇਸ ਤਰ੍ਹਾਂ ਤਸ਼ੱਦਦ ਜ਼ੁਲਮ ਜੋ ਕੀਤਾ ਉਹਨਾਂ ਦੇ ਖਿਲਾਫ਼ ਕਾਰਵਾਈ ਕਰੇ ਤੇ ਉਹਨਾਂ ਨੂੰ ਮੁਆਵਜ਼ਾ ਦੇ। ਬਲਦੇਵ ਸਿੰਘ ਸਿਰਸਾ ਹੋਣੀ ਗੱਲਬਾਤ ਕਰ ਰਹੇ ਸੀ ਔਰ ਕੱਲ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਵੀ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਕੈਮਰਾਮੈਨ ਸੰਦੀਪ ਕੁਮਾਰ ਨਾਲ ਅਮਨ ਭਾਰਦਵਾਜ, ਨਿਊਜ਼ 18, ਚੰਡੀਗੜ੍ਹ।